ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸੜਕਾਂ ਦੇ ਜੰਗੀ ਪੱਧਰ ਉੱਤੇ ਵਿਕਾਸ ਦੀਆਂ ਨੀਤੀਆਂ ਮੀਡੀਆ ਵਿੱਚ ਟਾਹਰਾਂ ਮਾਰ ਰਹੀਆਂ ਹਨ, ਪਰ ਜ਼ਮੀਨੀ ਹਕੀਕਤ ਤਾਂ ਇਹ ਹੈ ਕਿ ਹੁਣ ਸੜਕਾਂ ਵਿੱਚ ਟੋਏ ਨਹੀਂ ਸਗੋਂ ਟੋਇਆਂ ਵਿੱਚ ਸੜਕਾਂ ਸਮਾ ਰਹੀਆਂ। ਸੂਬਾ ਮਾਰ ਕੇ ਸੜਕਾਂ ਦੀ ਹਾਲਤ ਵੀ ਖਸਤਾ ਹੋਈ ਪਈ ਹੈ। ਜੇਕਰ ਪਿੰਡਾਂ ਦੀਆਂ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਸੜਕਾਂ ਦੇ ਉੱਪਰੋਂ ਲੰਘਣਾ ਸੰਤਾਪ ਭੋਗਣ ਦੇ ਬਰਾਬਰ ਹੈ। ਅਕਬਰਪੁਰ ਖੰਡਾਲ ਤੋਂ ਅਲੀ ਸ਼ੇਰ ਨੂੰ ਜਾਂਦੇ ਤਕਰੀਬਨ 2 ਕਿਲੋਮੀਟਰ ਸੜਕ ਦੇ ਟੁਕੜੇ ਦੀ ਹਾਲਤ ਵੀ ਬਹੁਤ ਤਰਸਯੋਗ ਬਣੀ ਹੈ। ਕਾਰਨ ਰਸਤੇ ਘੱਟ ਕਾਰਨ ਸੀ, ਰਸਤਾ ਜੰਮੀ ਘੱਟ ਸੀ, ਦਰਖਤ ਉੱਪਰ ਸੀ ਸੜਕ ਦੇ, ਉਹਦੇ ਕਾਰਨ ਇਹ ਹਾਦਸਾ ਹੋਇਆ ਹੈ। ਕਿਉਂਕਿ ਛੇੜ ਨਹੀਂ ਮਿਲੀ ਮੁੰਡੇ ਨੂੰ, ਉਹ ਟਰਾਈਲੀ ਵਾਲੇ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ ਅਤੇ ਤਾਂ ਕਰਕੇ ਸਾਡਾ ਮਿੱਤਰ ਜਾਨ ਗਵਾ ਚੁੱਕਿਆ ਹੈ। ਔਰ ਹੁਣ ਅਸੀਂ ਨੇ ਦਰਖਤ ਪਟਾ ਕੇ ਮਿੱਟੀ ਪਾਉਣੀ ਸ਼ੁਰੂ ਕਰ ਰੱਖੀ ਹੈ, ਜੋ ਕਿ ਪਿੰਡ ਦੇ ਸਹਿਯੋਗ ਨਾਲ ਸਾਰੀ ਮਿੱਟੀ ਤੁਰ ਲੱਗਣ ਵਾਲੀ ਹੈ। ਇਹ ਸੜਕ ਦਾ ਮੁੱਦਾ ਚੁੱਕਿਆ ਹੈ, ਜੋ ਕਿ ਇਹ 27 ਫੁੱਟ ਰਸਤਾ ਹੈ, ਇਹ 11 ਫੁੱਟ ਰਹਿ ਚੁੱਕਿਆ ਸੀ ਇਕੱਲੀ ਸੜਕ। ਅਸੀਂ ਨੇ 11 ਮੈਂਬਰੀ ਕਮੇਟੀ ਬਣਾ ਕੇ ਇਹ ਸੜਕ ਦਾ ਉੱਤਾ ਚੱਕਿਆ ਹੈ ਅਤੇ ਦੋਵੇਂ ਸਾਈਡਾਂ ਮਿੱਟੀ ਪਾਉਣ ਦਾ ਇੰਤਜ਼ਾਮ ਕਰਿਆ ਹੈ। ਧੰਨਵਾਦ ਕਰਦੇ ਹਾਂ ਔਰ ਪੰਚਾਇਤ ਤੋਂ ਅਸੀਂ ਸਹਿਯੋਗ ਮੰਗਦੇ ਹਾਂ ਵੀ ਸਾਡਾ ਸਹਿਯੋਗ ਦੇਣ ਉਹਨਾਂ ਕਿ ਵੱਖੋ ਵੱਖ ਪਿੰਡਾਂ 'ਚ ਜੋ ਰਸਤੇ ਭੀੜੇ ਹਨ ਉਹ ਰਸਤੇ ਚੌੜੇ ਕਰਨ ਦੀ ਕਿਰਪਾਲਤਾ ਕਰਨ, ਜੋ ਕਿ ਆਪਣੇ ਵੀਰ ਭਾਈ ਹਨ ਉਹਨਾਂ ਦੀਆਂ ਜਾਨਾਂ ਬਹੁਤ ਕੀਮਤੀ ਹਨ, ਕਿਉਂਕਿ ਉਹਨਾਂ ਦੀਆਂ ਜਾਨਾਂ ਨਹੀਂ ਦੁਬਾਰੇ ਆ ਸਕਦੀਆਂ, ਸੰਦ ਤਾਂ ਦੁਬਾਰਾ ਵੀ ਬਣ ਜਾਂਦੇ ਹਨ।